ਮੈਂ ਤੁਹਾਡਾ ਸਵਾਗਤ ਪ੍ਰਾਰਥਨਾ ਦੇ ਸੈਸ਼ਨ ਦੇ ਵਿੱਚ ਕਰਦਾ ਹਾਂ ਤੇ ਮੇਰੇ ਨਾਲ ਮੇਰੇ ਦੋਸਤ ਡੇ ਬਰਡਸ ਜੋ ਕਿ ਹਾਰਵੈਸਟ ਪ੍ਰੇਮ ਮਿਨਿਸਟਰੀਜ਼ ਦੇ ਪ੍ਰੈਜ਼ੀਡੈਂਟ ਹਨ ਪਰ ਸਭ ਤੋਂ ਵੱਡੀ ਗੱਲ ਉਹ ਯੀਸ਼ੂ ਨੂੰ ਪਿਆਰ ਕਰਦੇ ਨੇ ਇਹੀ ਏ ਉਹ ਯੀਸ਼ੂ ਨੂੰ ਪਿਆਰ ਕਰਦੇ ਨੇ ਉਹਦੇ ਬਾਰੇ ਵੰਡਦੇ ਨੇ ਉਹਦੇ ਬਾਰੇ ਗੱਲ ਕਰਨਾ ਚਾਹੁੰਦੇ ਨੇ ਅਤੇ ਅਸੀਂ ਆਪਣੀ ਗੱਲਬਾਤ ਜੋ ਕਿ ਪ੍ਰਾਰਥਨਾ ਉੱਪਰ ਉਹਨੂੰ ਲਗਾਤਾਰ ਜਾਰੀ ਰੱਖਣਾ ਚਾਹੁੰਦੇ ਹਾਂ ਤੇ ਮੈਂ ਗੱਲ ਕਰਨਾ ਚਾਹੁੰਨਾ ਵਾਂ ਉਸ ਮਹਾਨ ਵਿਅਕਤੀ ਦੇ ਬਾਰੇ ਜੋ ਕਿ ਪ੍ਰਾਰਥਨਾ ਦਾ ਵਿਅਕਤੀ ਜਿਸ ਨੇ ਪ੍ਰਾਰਥਨਾ ਬਾਰੇ ਸਿਖਾਇਆ ਜੋ ਇਸ ਧਰਤੀ ਦੇ ਗ੍ਰਹਿ ਤੇ ਕਦੇ ਵੀ ਚੱਲਿਆ ਯੀਸ਼ੂ ਬਿਲਕੁਲ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਬਾਰੇ ਸਿਖਾਇਆ ਮੈਨੂੰ ਇਹ ਗੱਲ ਬਹੁਤ ਹੀ ਰੌਚਿਕ ਲੱਗਦੀ ਉਹਦੇ ਕੋਲ ਆਏ ਉਹਨਾਂ ਉਸ ਨੂੰ ਚਮਤਕਾਰ ਕਰਦੇ ਤੇ ਕਈ ਕੁਝ ਕਰਦੇ ਵੇਖਿਆ ਸੀ ਪਰ ਉਹਨਾਂ ਇਹ ਨਹੀਂ ਕਿਹਾ ਪ੍ਰਭੂ ਸਾਨੂੰ ਚਮਤਕਾਰ ਕਰਨਾ ਸਿਖਾ ਉਹਨਾਂ ਕਿਹਾ ਸਾਨੂੰ ਪ੍ਰਭੂ ਪ੍ਰਾਰਥਨਾ ਕਰਨਾ ਸਿਖਾ ਕਿਉਂਕਿ ਯੀਸ਼ੂ ਨੇ ਜੋ ਕੁਝ ਵੀ ਕੀਤਾ ਉਹ ਦਾ ਭੇਤ ਸੀ ਪ੍ਰਾਰਥਨਾ ਮਨੁੱਖੋਂ ਦੇ ਨਾਤੇ ਉਹਨੇ ਪਰਮੇਸ਼ਰ ਨਾਲ ਗੱਲ ਕੀਤੀ ਲੋਕ ਕਹਿੰਦੇ ਨੇ ਉਹਨੂੰ ਕੀ ਲੋੜ ਪਈ ਮਨੁੱਖੋਂ ਦੇ ਨਾਤੇ ਉਹਨੇ ਪਰਮੇਸ਼ਰ ਨਾਲ ਗੱਲ ਕੀਤੀ ਉਹਨੇ ਸਾਨੂੰ ਸਿਖਾਇਆ ਕਿਵੇਂ ਜੀਣਾ ਹੈ ਉਹਨੇ ਪ੍ਰਾਰਥਨਾ ਕਰਨਾ ਸਿਖਾਇਆ ਉਹਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨਾ ਸਿਖਾਇਆ ਤੇ ਮੈਂ ਵੇਖਦਾ ਹਾਂ ਕਿ ਜੋਨੇ ਸਿਖਾਇਆ ਉਹਦੇ ਵਿੱਚ ਇੱਕ ਤਰਤੀਬ ਏ ਉਸਨੇ ਕਿਹਾ ਸਾਡੇ ਪਿਤਾ ਤੂੰ ਜੋ ਸਵਰਗ ਚ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਬਿੱਸਲਿਛ ਅਸ਼ਮਚ ਅਸੀਂ ਧਿਆਨ ਦੀ ਗੱਲ ਕਰ ਰਹੇ ਸੀ ਅਤੇ ਯੀਸ਼ੂ ਨੇ ਕਿਹਾ ਕਿ ਜਦੋਂ ਧਿਆਨ ਲਾਉਣਾ ਹੈ ਇਸ ਗੱਲ ਤੇ ਕਿ ਪਰਮੇਸ਼ਵਰ ਕੌਣ ਹੈ ਪਰਮੇਸ਼ਵਰ ਕੌਣ ਹੈ ਸਾਡੇ ਪਿਤਾ ਤੂਜ ਸਵਰਗ ਚ ਤੇਰਾ ਨਾਮ ਪਵਿੱਤਰ ਮੰਨਿਆ ਜਾਵੇ ਇਹ ਧੰਨਵਾਦ ਤੁਹਾਡੇ ਖਿਆਲ ਚ ਕਿੰਨਾ ਕੁ ਜ਼ਰੂਰੀ ਏ ਇਹ ਵਾਲਾ ਹਿੱਸਾ ਜਦੋਂ ਅਸੀਂ ਪ੍ਰਾਰਥਨਾ ਸ਼ੁਰੂ ਕਰਦੇ ਹਾਂ ਮੈਂ ਕਹਾਂਗਾ ਜੇਕਰ ਅਸੀਂ ਇਹਨੂੰ ਨਾ ਫੜਿਆ ਤਾਂ ਅਸੀਂ ਕੁਝ ਵੀ ਨਹੀਂ ਵੇਖ ਪਾਵਾਂਗੇ ਕੁਝ ਵੀ ਨਹੀਂ ਇੱਥੇ ਮੈਂ ਇਹ ਸੋਚਦਾ ਕਿ ਯੀਸ਼ੂ ਪ੍ਰਾਰਥਨਾ ਨੂੰ ਸਭ ਤੋਂ ਜ਼ਿਆਦਾ ਸਮਝਦਾ ਸੀ ਅਤੇ ਇਥੇ ਇਸ ਬਾਰੇ ਮੈਂ ਇਹ ਗੱਲ ਕਹਾਂਗਾ ਕਿ ਯੀਸ਼ੂ ਨੇ ਦੋਹਾਂ ਪਾਸਿਆਂ ਤੋਂ ਪ੍ਰਾਰਥਨਾ ਕੀਤੀ ਹਾਂ ਇਸ ਬਾਰੇ ਸੋਚ ਉਹ ਹੀ ਗੱਲ ਹੈ ਜੋ ਪ੍ਰਾਰਥਨਾ ਕਰਦਾ ਵੀ ਹੈ ਤੇ ਸੁਣਦਾ ਵੀ ਹੈ ਉਹ ਇਸ ਗੱਲ ਨੂੰ ਫੜ ਲੈਂਦਾ ਹੈ ਤੇ ਪ੍ਰਾਰਥਨਾ ਨੂੰ ਸਮਝਦਾ ਹੈ ਜਦੋਂ ਉਹ ਕੁਝ ਸਾਨੂੰ ਪ੍ਰਾਰਥਨਾ ਬਾਰੇ ਸਿਖਾਉਂਦਾ ਹੈ ਤਾਂ ਸਾਨੂੰ ਬਹੁਤ ਹੀ ਧਿਆਨ ਦੇਣਾ ਚਾਹੀਦਾ ਹੈ ਇਹ ਵਿਖਾਉਂਦਾ ਹੈ ਜੇਕਰ ਅਸੀਂ ਪ੍ਰਾਰਥਨਾ 'ਚ ਪ੍ਰਭਾਵਸ਼ਾਲੀ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਸ਼ੁਰੂਆਤ ਜਿਹਦੇ ਨਾਲ ਅਸੀਂ ਗੱਲ ਕਰਨਾ ਚਾਹੁੰਦੇ ਆ ਉਹਦੇ ਵੱਲ ਧਿਆਨ ਲਾਉਣ ਤੋਂ ਕਰਨੀ ਚਾਹੀਦੀ ਹੈ ਮੈਂ ਕਾਇਲਾਂ ਕਿਉਂਕਿ ਮੈਂ ਆਪਣੀ ਖੁਦ ਹੀ ਜ਼ਿੰਦਗੀ ਵਿੱਚ ਕਈ ਵਾਰ ਬੜੀ ਤੇਜ਼ੀ ਨਾਲ ਦੁਆ ਕਰਨ ਲਈ ਆਉਣਾ ਮੇਰਾ ਪੂਰਾ ਧਿਆਨ ਮੇਰੇ ਤੇ ਸੀ ਪਰਮੇਸ਼ਰ ਵੱਲ ਨਹੀਂ ਇਹ ਉਸ ਵੇਲੇ ਹੁੰਦਾ ਹੈ ਜਦੋਂ ਅਸੀਂ ਆਰਾਗਨਾ ਤੇ ਸਤੂਤੀ ਨੂੰ ਪ੍ਰਾਰਥਨਾ ਵਿੱਚ ਲਿਆਉਣ ਤੋਂ ਅਸਫਲ ਹੋ ਜਾਂਦੇ ਹਾਂ ਉਸ ਨੇ ਸਾਨੂੰ ਸਿਖਾਇਆ ਹੈ ਕਿ ਸਹੀ ਕਿਵੇਂ ਕਰਨਾ ਹੈ ਦੂਜੇ ਸ਼ਬਦਾਂ ਵਿੱਚ ਯੀਸ਼ੂ ਆਪਣੇ ਚੇਲਿਆਂ ਨੂੰ ਕਹਿ ਰਿਹਾ ਹੈ ਮੁੰਡਿਓ ਜੇਕਰ ਤੁਸੀਂ ਪ੍ਰਾਰਥਨਾ ਸਿੱਖਣਾ ਚਾਹੁੰਦੇ ਹੋ ਇਹਦੀ ਸ਼ੁਰੂਆਤ ਉਹਦੇ ਵੱਲ ਵੇਖਣ ਨਾਲ ਕਰੋ ਹਾਂ ਉਹ ਸਾਰੀ ਰਾਤ ਦਾ ਦੇਯੋਗ ਹੈ ਉਹ ਪਵਿੱਤਰ ਹੈ ਉਹ ਪਵਿੱਤਰ ਮੰਨਿਆ ਜਾਂਦਾ ਹੈ ਉਹ ਸਾਡਾ ਪਿਤਾ ਹੈ ਉਹਦੇ ਵੱਲ ਧਿਆਨ ਦਿਓ ਜਦੋਂ ਤੁਸੀਂ ਉਹਦੇ ਨਾਲ ਗੱਲ ਕਰਦੇ ਹੋ ਸਾਡੀ ਸਮੱਸਿਆ ਇਹ ਹੈ ਜੇਕਰ ਸਾਡਾ ਇਹ ਮੁੱਦਾ ਹੈ ਮੈਂ ਚਿੰਤਿਤ ਹਾਂ ਮੈਂ ਪਰੇਸ਼ਾਨ ਹਾਂ ਮੈਂ ਮੈਂ ਡਰਿਆ ਹੋਇਆ ਹਾਂ ਮੇਰੇ ਇਹ ਸਾਰੇ ਮੁੱਦੇ ਨੇ ਤੇ ਫਿਰ ਮੈਂ ਦੁੜਦਾ ਹੋਇਆ ਪ੍ਰਾਰਥਨਾ 'ਚ ਆਉਣਾ ਹਾਂ ਮੈਂ ਜਿਵੇਂ ਆਇਆ ਸੀ ਮੈਂ ਉਤਾ ਹੀ ਉਹਨਾਂ ਮੁੱਦਿਆਂ ਨੂੰ ਨਾ ਲੈ ਕੇ ਵਾਪਸ ਚਲਾ ਜਾਣਾ ਮੈਂ ਹਰ ਵੇਲੇ ਸਮੱਸਿਆ ਤੇ ਧਿਆਨ ਦਿੱਤਾ ਸਮੱਸਿਆ ਦਾ ਹੱਲ ਕੱਢਣ ਵਾਲੇ ਤੇ ਨਹੀਂ ਦਿੱਤਾ ਜਦ ਮੈਂ ਆਰਾਧਨਾ ਕਰਦਾ ਹਾਂ ਤਾਂ ਧਿਆਨ ਬਦਲਦਾ ਹੈ ਮੇਰੀ ਪ੍ਰਾਰਥਨਾ ਹੁਣ ਪ੍ਰਭਾਵਸ਼ਾਲੀ ਹੁੰਦੀ ਹੈ ਕਿਉਂਕਿ ਹੁਣ ਮੈਂ ਆਪਣੇ ਤੇ ਧਿਆਨ ਨਹੀਂ ਦਿੰਦਾ ਮੈਂ ਤੁਹਾਡੇ ਤੇ ਧਿਆਨ ਨਹੀਂ ਦੇ ਰਿਹਾ ਮੈਂ ਹਾਲਾਤਾਂ ਤੇ ਧਿਆਨ ਨਹੀਂ ਦੇ ਰਿਹਾ ਮੈਂ ਪਰਮੇਸ਼ਰ ਕੋਲ ਆ ਰਿਹਾ ਹਾਂ ਸਭ ਚੀਜ਼ਾਂ ਦਾ ਕਰਤਾ ਜੋ ਪਵਿੱਤਰ ਉਹ ਜਿਹੜਾ ਬੋਲਿਆ ਤੇ ਸਭ ਕੁਝ ਹੋ ਗਿਆ ਤਾਂ ਅਚਾਨਕ ਹੀ ਉਹ ਸਾਰੇ ਮੁੱਦੇ ਮੱਦਮ ਪੈ ਜਾਂਦੇ ਨੇ ਉਸ ਚਾਨਣ ਦੇ ਗਿਆਨ 'ਚ ਜਿਹਦੇ ਨਾਲ ਮੈਂ ਗੱਲ ਕਰ ਰਿਹਾ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਬਹੁਤ ਹੀ ਉਤਸ਼ਾਹ ਨਾਲ ਭਰਿਆ ਹੋ ਜਾਂਦਾ ਮੈਨੂੰ ਯਾਦ ਹੈ ਜਦੋਂ ਮੈਂ ਨਵਾਂ ਮਸੀਹ ਸੀ ਅਤੇ ਮੈਂ ਇੱਕ ਝੀਲ ਦੇ ਉੱਤੇ ਗਿਆ ਜਦੋਂ ਮੈਂ ਕਾਲਜ ਦੇ ਵਿੱਚ ਸੀ ਮੈਂ ਤੁਹਾਨੂੰ ਦੱਸਦਾ ਮੈਂ ਨਵਾਂ ਨਵਾਂ ਮਸੀਹ ਸੀ ਅਤੇ ਉਸ ਵਿੱਚੋਂ ਬਾਹਰ ਨਿਕਲਿਆ ਸਨ ਅਤੇ ਮੈਂ ਤਾਰਿਆਂ ਨੂੰ ਵੇਖ ਸਕਦਾ ਸੀ ਅਤੇ ਮੈਂ ਕਿਹਾ ਹੈ ਪਰਮੇਸ਼ਵਰ ਅਤੇ ਮੇਰਾ ਧਿਆਨ ਜਿਹੜਾ ਯੀਸ਼ੂ ਦੇ ਉੱਤੇ ਲੱਗ ਗਿਆ ਮੇਰਾ ਧਿਆਨ ਉਹਦੇ ਤੇ ਲੱਗ ਗਿਆ ਇੰਨਾ ਕਿ ਮੈਂ ਝੀਲ 'ਚ ਡੇਗ ਗਿਆ ਅਤੇ ਮੈਂ ਉਹਦੀ ਵੱਲ ਵੇਖਿਆ ਤੇ ਮੈਂ ਕਿਹਾ ਪ੍ਰਭੂ ਮੈਂ ਤੈਨੂੰ ਹਾਲੇ ਪਿਆਰ ਕਰਦਾ ਇਹ ਬਹੁਤ ਵਧੀਆ ਹੈ ਇਹ ਬਹੁਤ ਵਧੀਆ ਹੈ ਪਰ ਮੈਂ ਵਾਪਸ ਜਾਣਾ ਚਾਹੁੰਨਾ ਜਿੱਥੇ ਤੁਸੀਂ ਗੱਲ ਕਰ ਰਹੇ ਸੀ ਜਦ ਅਸੀਂ ਇਹ ਸੀਰੀਜ਼ ਨੂੰ ਸ਼ੁਰੂ ਕੀਤਾ ਸੀ ਬਹੁਤ ਹੀ ਮਹੱਤਵਪੂਰਨ ਨੇ ਤੁਸੀਂ ਗੱਲ ਕੀਤੀ ਸੀ ਕਿ ਪਰਮੇਸ਼ਵਰ ਪਿਆਰ ਹੈ ਅਤੇ ਇਹ ਮੇਰੇ ਲਈ ਬਹੁਤ ਹੀ ਜ਼ਿਆਦਾ ਰੋਚੀ ਕੇ ਕਿ ਜਦੋਂ ਯੀਸ਼ੂ ਨੇ ਸ਼ੁਰੂ ਕੀਤਾ ਪ੍ਰਾਰਥਨਾ ਦੇ ਬਾਰੇ ਤੇ ਉਹਨੇ ਪਰਮੇਸ਼ਵਰ ਦੇ ਪਿਤਾ ਹੋਣ ਦੀ ਗੱਲ ਕੀਤੀ ਸਾਡੇ ਪਿਤਾ ਉਥੇ ਉਹ ਪਿਤਾ ਹੋਣ ਦੀ ਗੱਲ ਕਰਦਾ ਹੈ ਨਾ ਸਿਰਫ ਪਰਮੇਸ਼ਵਰ ਜਿਹੜਾ ਦੂਰ ਹੈ ਪਰ ਪਿਤਾ ਉਹ ਪਿਤਾ ਦੀ ਗੱਲ ਕਰਦਾ ਇੱਕ ਗੱਲ ਹੋਰ ਕਿ ਮਤੀ 6 ਤੇ 7 ਦੇ ਵਿੱਚ ਉਹ ਪਿਤਾ ਦੇ ਸੁਭਾਅ ਬਾਰੇ ਦੱਸਦਾ ਹੈ ਕਿ ਉਹ ਕਿਹੋ ਜਿਹਾ ਪਿਤਾ ਹੈ ਅਤਿ ਉਹ ਹੈ ਅਤਿ ਦੱਸਦਾ ਹੈ ਕਿ ਜੇ ਤੁਸੀਂ ਬੁਰੇ ਪਿਤਾ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ ਤੇ ਸਵਰਗੀ ਪਿਤਾ ਜੋ ਕਿ ਬਿਲਕੁਲ ਪਵਿੱਤਰ ਹੈ ਉਹ ਕਿਉਂ ਨਹੀਂ ਦੇਵੇਗਾ ਉਹਨਾਂ ਨੂੰ ਜਿਹੜੇ ਉਹਦੇ ਕੋਲੋਂ ਮੰਗਦੇ ਨੇ ਸਾਡੇ ਪਿਤਾ ਤੂੰ ਜੋ ਸਵਰਗ 'ਚ ਠੀਕ ਅਤੇ ਤੁਸੀਂ ਉਸ ਦੇ ਪਿਆਰ ਤੋਂ ਜਾਂਦੇ ਉਸ ਵੱਡੇ ਪਰਮੇਸ਼ਰ ਦੀ ਵੱਲ ਜਿਨੇ ਸਭੋ ਕੁਝ ਬਣਾਇਆ ਏ ਹਾਂ ਅਤੇ ਇਹ ਤੁਹਾਡੇ ਦਿਲ ਵਿੱਚ ਕੀ ਕਰਦਾ ਏ ਜੋ ਤੁਸੀਂ ਇਹ ਜਾਣਦੇ ਹੋ ਤੇ ਕਈ ਲੋਕ ਕਹਿੰਦੇ ਇਹ ਤੇ ਬੋਰਿੰਗ ਏ ਪਰ ਤੁਸੀਂ ਉੱਥੇ ਤੱਕ ਪਹੁੰਚ ਜਾਓ ਤੇ ਫੇਰ ਇਹ ਬੋਰਿੰਗ ਨਹੀਂ ਰਹਿੰਦਾ ਏ ਜਦ ਅਸੀਂ ਸੱਚਮੁੱਚ ਪ੍ਰਾਰਥਨਾ ਵਿੱਚ ਪ੍ਰਭੂ ਤੇ ਧਿਆਨ ਲਾਉਣਾ ਸ਼ੁਰੂ ਕਰ ਦਿੰਦੇ ਹਾਂ ਉਹ ਕੌਣ ਏ ਨਾ ਕਿ ਮੈਂ ਕੀ ਚਾਹਣਾ ਮੇਰੀ ਪ੍ਰਾਰਥਨਾ ਦੀ ਸੂਚੀ ਨਹੀਂ ਜੋ ਮੈਂ ਚਾਹਣਾ ਉਹ ਹੋ ਜਾਵੇ ਪਰ ਉਸ ਤੇ ਧਿਆਨ ਲਾਉਣਾ ਇਹੋ ਜੇ ਸਮੇਂ ਨੇ ਸਹਿਮੀ ਜਿਨ੍ਹਾਂ ਦਾ ਤਜਰਬਾ ਤੁਸੀਂ ਕੀਤਾ ਜਦੋਂ ਤੁਸੀਂ ਉਸ ਦੀ ਹਜ਼ੂਰੀ ਵਿੱਚ ਆ ਕੇ ਆਰਾਧਨਾ ਸ਼ੁਰੂ ਕਰਦੇ ਜਦ ਤੁਸੀਂ ਹੂੰ 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 ਤੁਸੀਂ ਬੋਲ ਹੀ ਜਾਂਦੇ ਹੋ ਕਿ ਤੁਹਾਡੀ ਪ੍ਰਾਰਥਨਾ ਦੀ ਸੂਚੀ ਵਿੱਚ ਕੀ ਹੈ ਕਿਉਂਕਿ ਤੁਸੀਂ ਉਸ ਦੀ ਮਹਾਨਤਾ ਦੇ ਵਿੱਚ ਖੋ ਜਾਂਦੇ ਹੋ ਜਿਹੜੇ ਲੋਕ ਕਹਿੰਦੇ ਨੇ ਬੋਰਿੰਗ ਹੈ ਉਹਨਾਂ ਨੇ ਕਦੇ ਉਸ ਪਰਮੇਸ਼ਵਰ ਦੀ ਆਰਾਧਨਾ ਨਹੀਂ ਕੀਤੀ ਜੋ ਸਭ ਤੋਂ ਵੱਡਾ ਹੈ ਕੋਈ ਵੀ ਚੀਜ਼ ਸਾਡਾ ਧਿਆਨ ਨਹੀਂ ਮੰਗ ਸਕਦਾ ਜਦੋਂ ਅਰਦਾਸਾਂ ਦੀ ਗੱਲ ਆਉਂਦੀ ਹੈ ਤਾਂ ਅਸੀਂ ਇਸ ਗੱਲ ਵਿੱਚ ਫੜੇ ਜਾਂਦੇ ਹਾਂ ਕਿ ਉਹ ਕੌਣ ਹੈ ਕੌਣ ਹੈ ਉਹ ਅਸੀਂ ਆਪਣੇ ਆਪ ਨੂੰ ਪਾਉਂਦੇ ਹਾਂ ਕਿ ਅਸੀਂ ਬਿਲਕੁਲ ਪ੍ਰਾਰਥਨਾ ਦੇ ਪਰਮੇਸ਼ਰ ਦੇ ਪ੍ਰਤੀ ਸਮਰਪਿਤਾਂ ਹਾਂ ਜਦ ਅਸੀਂ ਪ੍ਰਾਰਥਨਾ ਵਾਲੇ ਪਰਮੇਸ਼ਰ ਪ੍ਰਤੀ ਸਮਰਪਿਤ ਹੋ ਜਾਂਦੇ ਹਾਂ ਤਾਂ ਦਸੀਂ ਪ੍ਰਾਰਥਨਾ ਵਾਲੇ ਲੋਕ ਹੋ ਜਾਂਦੇ ਦੋ ਗੱਲਾਂ ਜਿਨ੍ਹਾਂ ਵਾਲਾ ਅਸੀਂ ਧਿਆਨ ਨਹੀਂ ਦਿੰਦੇ ਉਹ ਪਰਮੇਸ਼ਰ ਜਿਹੜਾ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ ਪਿਤਾ ਜਿਹੜਾ ਸਵਰਗ ਵਿੱਚ ਹਰ ਸਾਨੂੰ ਪਿਆਰ ਕਰਦਾ ਹੈ ਇੱਥੇ ਇਹ ਕਿਸੇ ਦਿਨ ਦਾ ਪਿਆਰ ਨਹੀਂ ਏ ਇਹ ਹੁਣੇ ਦਾ ਪਿਆਰ ਹੈ ਤੁਸੀਂ ਇਸ ਰਿਸ਼ਤੇ ਨੂੰ ਬਣਾਉਣਾ ਚਾਹੁੰਦੇ ਹੋ ਆ ਮੈਂ ਇੱਥੇ ਥੋੜਾ ਜਿਹਾ ਵਿਵਹਾਰਿਕ ਹੋਣਾ ਚਾਹੁੰਦਾ ਵਾ ਕਿਉਂਕਿ ਤੁਸੀਂ ਤੇ ਮੈਂ ਬੜੇ ਤੇਜ਼ੀਤ ਹੋ ਜਾਂਦੇ ਜਦੋਂ ਅਸੀਂ ਗੱਲ ਕਰਦੇ ਪਰ ਮੈਂ ਜਾਣਦਾ ਕੁਝ ਵਿਵਹਾਰਿਕ ਗੱਲਾਂ ਨੇ 8 ਸਾਲ ਪਹਿਲਾਂ ਮੈਨੂੰ ਕੈਂਸਰ ਹੋ ਗਿਆ ਤੇ ਬਹੁਤ سارے ਲੋਕ ਮੈਨੂੰ ਪੁੱਛਦੇ ਨੇ ਸਹਿਮੀ ਤੇਰਾ ਕੀ ਹਾਲ ਏ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਮੈਂ ਠੀਕ ਹਾਂ ਉਸ ਸਮੇਂ ਦੇ ਦੌਰਾਨ ਮੇਰੀ ਸਰਜਰੀ ਹੋਈ ਅਤੇ ਮੈਂ 3 ਮਹੀਨੇ ਤੱਕ ਪਰਮੇਸ਼ਵਰ ਦੇ ਨਾਲ ਮਿਲਦਾ ਰਿਹਾ। ਦੋ ਕੰਮ ਮੈਂ ਕੀਤੇ ਜਿਹੜੇ ਕਿ ਪਰਮੇਸ਼ਵਰ ਨੇ ਮੈਨੂੰ ਕਿਹਾ ਸੀਗਾ ਦੋ ਕੰਮ। ਉਹ ਬਹੁਤ ਹੀ ਮਦਦਗਾਰ ਰਹੇ ਮੇਰੇ ਵਾਸਤੇ। ਪਹਿਲਾ ਮੈਂ ਵਚਨ ਦੇ ਵਿੱਚ ਸਮਾਂ ਬਿਤਾਇਆ। ਮੈਂ ਉਹਨਾਂ ਮਹੀਨਿਆਂ 'ਚ ਪੂਰੀ ਬਾਈਬਲ ਨੂੰ ਪੜ੍ਹ ਲਿਆ। ਕਿਉਂਕਿ ਤੁਸੀਂ ਕਿਵੇਂ ਜਾਣੋਗੇ ਕਿ ਪਰਮੇਸ਼ਵਰ ਕੌਣ ਹੈ? ਪਰਮੇਸ਼ਵਰ ਕਿਹੋ ਜਿਹਾ ਹੈ? ਬਾਈਬਲ। ਬਾਈਬਲ 'ਚੋਂ ਮੈਂ ਜਾਣਿਆ ਕਿ ਪਰਮੇਸ਼ਵਰ ਕਿਹੋ ਜਿਹਾ ਹੈ। ਉਹ ਕਿਹੋ ਜਿਹਾ ਹੈ ਤੇ ਦੂਜੀ ਗੱਲ ਜੋ ਮੈਂ ਕੀਤੀ ਉਹ ਸੀ ਮੇਰੇ ਕੋਲ ਆਈਪੌਡ ਸੀਗੇ ਮੇਰੇ ਕੋਲ ਵਰਸ਼ਿਕ 뮤직 ਸੀਗਾ ਅਤੇ ਮੈਂ ਯੇਸ਼ੂ ਰਾਜੇ ਦੀ ਆराधना ਕੀਤੀ ਤੇ ਮੈਂ ਗੀਤ ਗਾਉਂਦਾ ਸੀ ਇਸੇ ਕਰਕੇ ਸ਼ਾਇਦ ਯੇਸ਼ੂ ਨੇ ਕਿਹਾ ਕਿ ਆਪਣੀ ਕੋਠੜੀ 'ਚ ਜਾ ਕੇ ਦਰਵਾਜ਼ਾ ਬੰਦ ਕਰਕੇ ਮੇਰੇ ਇਲਾਕੇ ਦੁਆ ਕਰ ਕਿਉਂਕਿ ਤੁਸੀਂ ਮੈਨੂੰ ਗਾਉਂਦੇ ਨੂੰ ਸੁਣਿਆ ਹੈ ਆਰਾਧਨਾ ਕਈ ਲੋਕ ਸੋਚਦੇ ਨੇ ਗਾਉਣਾ ਨਹੀਂ ਬਲਕਿ ਪ੍ਰਾਰਥਨਾ ਪ੍ਰਾਰਥਨਾ ਇਹੀ ਹੈ ਬਿਲਕੁਲ ਆਰਾਧਨਾ ਪ੍ਰਾਰਥਨਾ ਦਾ ਬਹੁਤ ਵੱਡਾ ਹਿੱਸਾ ਹੈ ਜਿਵੇਂ ਤੁਸੀਂ ਕਿਹਾ ਸੀ ਜਿਵੇਂ ਤੁਸੀਂ ਕਿਹਾ ਸੀ ਆ ਤੇ ਇਹ ਦੋ ਗੱਲਾਂ ਸਨ ਤੇ ਮੈਂ ਸੋਚਦਾ ਕਿ ਹੋਰ ਵੀ ਕਈ ਗੱਲਾਂ ਹੋਣਗੀਆਂ ਜਿਨ੍ਹਾਂ ਨੇ ਤੁਹਾਡੀ ਮਦਦ ਕੀਤੀ ਹੈ ਖਾਸ ਤੌਰ ਤੇ ਜਦੋਂ ਤੁਸੀਂ ਉਹ ਵਚਨ ਲੈਂਦੇ ਹੋ ਜਿਹੜਾ ਪ੍ਰਭੂ ਤੇ ਧਿਆਨ ਲਵਾਉਂਦਾ ਹੈ ਕਿ ਪ੍ਰਭੂ ਕੌਣ ਹੈ ਮੈਂ ਹਰ ਰੋਜ਼ ਇੱਕ ਕੰਮ ਕਰਦਾ ਹਾਂ ਮੈਂ ਇੱਕ ਜਬੂਰ ਵਿੱਚ ਇੱਕ ਪ੍ਰਾਰਥਨਾ ਕਰਦਾ ਹਾਂ ਕਿਉਂਕਿ ਬਹੁਤ ਸਾਰੇ ਗੀਤ ਉਹਨਾਂ ਵਿੱਚੋਂ ਬਹੁਤੇ ਆਧਾਰਿਤ ਹਨ ਗੀਤ ਪ੍ਰਾਰਥਨਾਵਾਂ ਕਿ ਪਰਮੇਸ਼ਰ ਕੌਣ ਹੈ ਸਾਰੇ ਨਹੀਂ ਪਰ ਇਹਨਾਂ ਵਿੱਚੋਂ ਬਹੁਤੇ ਮੈਂ ਇਹਨਾਂ ਨੂੰ ਵਰਤਦਾ ਹਾਂ ਤਾਂਕਿ ਮੈਂ ਪ੍ਰਾਰਥਨਾ ਨੂੰ ਤੱਕਾ ਲਾ ਸਕਾਂ ਮੈਂ ਜਾਣਦਾ ਹਾਂ ਬਹੁਤ ਸਾਰੇ ਲੋਕ ਕਹਿਣਗੇ ਕਿ ਮੈਨੂੰ ਅਰਾਧਨਾ ਨਹੀਂ ਕਰਨੀ ਆਉਂਦੀ ਕੇਵਲ ਪ੍ਰਭੂ ਮਹੇਤਰੀਆ ਅਰਾਧਨਾ ਕਰਦਾ 145 ਜ਼ਬੂਰ ਵਿੱਚ ਜਾਓ ਤੇ ਇਹ ਬਹੁਤ ਵਧੀਆ ਹੈ ਜਿੱਥੇ ਤੁਸੀਂ ਆਪਣੀ ਪ੍ਰਾਰਥਨਾ ਨੂੰ ਤੱਕਾ ਦੇ ਸਕਦੇ ਹੋ ਇਹਨੂੰ ਵਾਪਸ ਪਰਮੇਸ਼ਰ ਅੱਗੇ ਪੜੋ ਇਹ ਦੱਸਦਾ ਹੈ ਕਿ ਤੁਸੀਂ ਜਾਣਦੇ ਹੋ ਪਰਮੇਸ਼ਰ ਨੂੰ ਕੀ ਉਹ ਕੌਣ ਹੈ ਤੁਸੀਂ ਇਹ ਜਾਣਦੇ ਹੋ ਵਚਨਾਂ ਚ ਮੈਂ ਇਸ ਦੇ ਉੱਪਰ ਇੱਕ ਸੈਸ਼ਨ ਚ ਹੋਰ ਚੰਗਾ ਸਮਾਂ ਬਿਤਾਉਣਾ ਚਾਹਾਂਗਾ ਠੀਕ ਹੈ ਪਰ ਮੈਂ ਇੱਥੇ ਇਸ ਨੂੰ ਇਸ ਗੱਲ ਤੇ ਰੋਕਣਾ ਚਾਹੁੰਦਾ ਹਾਂ ਯੇਸ਼ੂ ਮਸੀਹ ਦੀ ਆराधना 'ਚ ਸਮਾਂ ਬਿਤਾਓ ਪਰ ਪਰਮੇਸ਼ਵਰ ਆਪਣੇ ਲੋਕਾਂ ਦੀ స్తుਤੀ ਤੇ ਬਿਰਾਜਮਾਨ ਹੈ ਤੁਸੀਂ ਯੇਸ਼ੂ ਮਸੀਹ ਦੀ ਆराधना ਕਰੋ ਯੇਸ਼ੂ ਦੀ